वरुण कलेर सर, डीसी साहब नाल तुसीं गलबात करदे सीगे कि जिदां गुरपुरब दे डीजे लगदे, बहुत सारे गीत जिहड़े आ ओह हुल्लड़बाजी दे लाए जांदे आ, उहनां दे उत्ते परचे दी गल वी होई आ सर, इहदे बारे छोटी जिही जानकारी दिओ तां कि लोकां तक जानकारी जावे। देखो, परचे दी गल असीं तां कीती कि पिछले कई सालां तों असीं बेनतियां करदे आउंदे आ कि जिहड़े नौजवान हुल्लड़बाजी करदे आ जां लच्चर गीत लाउंदे हैगे, भंगड़े पाउंदे आ, वी ओह हट जाओ लाउणा, पर ओह गल मनदे नहीं पए हैगे। फिर असीं गल मनाउण दे लई उहनां नूं पहलां प्यार नाल कहिंदा, फिर बाबा साहिब अंबेडकर ने जिहड़ा सानूं संविधान दित्ता आ भी देखो असीं चाहुंदे आ भी उहनां दे उत्ते जिहड़ी कानूनी कार्रवाई होवे, जिहड़े लोग लच्चर गाने ला के भंगड़े पाउंदे आ जां जिहड़े आ ओह मोटरसाइकलां दे सलंसर खोल के हुल्लड़बाजी करदे आ, उहनां दे जिहड़े मोटरसाइकल वाहन जब्त कीते जाण, और जिहड़े हुल्लड़बाजी करदे आ उहनां दे उत्ते जिहड़े आ ओह बेअदबी दे परचे जिहड़े आ ओह कीते जाण, तां कि जिहड़ा साडे अग्गे तों जिहड़ी आ साडे गुरू महाराज दी शोभा यात्रा और गुरपुरब आ उहनूं वधिया तरीके दे नाल इक श्रद्धा दे नाल जिहड़ा आ ਉਹ ਮਨਾਇਆ ਜਾਵੇ। ਔਰ ਖਾਸ ਕਰਕੇ ਮੈਂ ਸਟੇਜਾਂ ਵਾਲਿਆਂ ਨੂੰ, ਡੀਜੇ ਵਾਲਿਆਂ ਨੂੰ ਬੇਨਤੀ ਕਰਦਾ, ਸਾਊਂਡ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਠੀਕ ਆ, ਬਹੁਤ ਸਾਰੇ ਲੋਕ ਨੌਜਵਾਨ ਹੁੰਦੇ ਆ, ਵਿੱਚੋਂ ਕਈ ਨੌਜਵਾਨ ਇੱਦਾਂ ਦੇ ਹੁੰਦੇ ਜਿਨ੍ਹਾਂ ਨੇ ਨਸ਼ਾ ਕੀਤਾ ਹੁੰਦਾ ਆ, ਉਹ ਡੀਜੇ ਵਾਲਿਆਂ ਨੂੰ ਸਾਊਂਡ ਵਾਲਿਆਂ ਨੂੰ ਥੋੜ੍ਹਾ ਬਹੁਤਾ ਲਾਲਚ ਦਿੰਦੇ ਆ ਕਿ ਤੈਨੂੰ ਮੈਂ 500 ਰੁਪਈਆ ਦਊਂਗਾ, ਤੂੰ ਆਹ ਵਾਲਾ ਮੇਰੇ ਪਸੰਦ ਦਾ ਗੀਤ ਲਾ ਦੇ। ਜਿਹੜਾ ਵੀ ਡੀਜੇ ਵਾਲਾ ਜਾਂ ਸਾਊਂਡ ਵਾਲਾ ਜਿਹੜਾ ਉਹਦੇ ਕਹਿਣ 'ਤੇ ਗੀਤ ਲਾਊਗਾ, ਉਹ ਸਾਊਂਡ ਦੇ ਉੱਤੇ ਪਰਚਾ ਦਰਜ ਕਰਾਵਾਂਗੇ, ਕਿਉਂਕਿ ਹੋ ਸਕਦਾ ਮੌਕੇ ਤੋਂ ਕੋਈ ਬਾਹਰਲਾ ਆਂਸਰ ਆਇਆ ਹੋਵੇ, ਉਹ ਗਾਣਾ ਲਵਾ ਕੇ ਤਾਂ ਚਲੇ ਜਾਵੇ, ਜਦੋਂ ਕਾਰਵਾਈ ਦੀ ਗੱਲ ਹੋਣੀ ਆ ਉਦੋਂ ਡੀਜੇ ਜਾਂ ਸਾਊਂਡ ਦਾ ਜਿਹੜਾ ਆ ਉਹ ਮਾਲਕ ਦੇ ਉੱਤੇ ਜਿਹੜਾ ਆ ਉਹ ਪਰਚਾ ਦਰਜ ਹੋਊਗਾ। ਇਸ ਕਰਕੇ ਜਿਹੜਾ ਇਹਨਾਂ ਨੂੰ ਬਿਲਕੁਲ ਵੀ ਇੱਦਾਂ ਦੇ ਗੀਤ ਨਾ ਲਾਈ ਜਾਣ ਝੁਕਦਾ। ਫੇਰ ਵੀ ਟੌਰ ਦੇ ਨਾਲ ਆ ਕੇ ਜਿਹੜੇ ਆ ਉਹ ਮੰਨ ਲਓ ਕਹਿੰਦੇ ਆ ਜੀ ਅਸੀਂ ਪ੍ਰਬੰਧ ਕਰਾਂਗੇ। ਬਿਲਕੁਲ ਸਰ, ਜਿੱਦਾਂ ਤੁਸੀਂ ਦੱਸਿਆ ਕਿ MP MLA ਆਪਣੇ ਸਮਾਜ ਨਾਲ ਸੰਬੰਧਿਤ ਆ, ਪਰ ਫਿਰ ਵੀ ਜਥੇਬੰਦੀਆਂ ਨੂੰ ਮਤਲਬ ਸੈਂਕੜੇ ਗਿਣਤੀ ਵਿੱਚ DC ਆਫਿਸ ਵਿਖੇ ਆਉਣਾ ਪੈਂਦਾ। ਅਗਰ ਇਹ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾਉਣ ਤਾਂ ਸ਼ਹਿਰ ਜਥੇਬੰਦੀ ਨੂੰ ਦੇਖਿਆ ਜਾਏ ਤੇ ਬਾਰ ਬਾਰ ਉਹੀ ਮੰਗਾਂ ਦੇਖਿਆ, ਟੋਟਲ ਇੰਡੀਆ ਨਿਊਜ਼ 'ਤੇ ਲਾਈਵ ਤਸਵੀਰਾਂ ਦਿਖਾ ਰਹੀਆਂ, 14 ਸਾਲ ਦੇਖਿਆ ਸਪੀਚ ਦੇ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ 14 ਸਾਲ ਹੋ ਗਏ ਇਹੀ ਵਾਰ ਵਾਰ ਮੰਗਾਂ ਨੇ। ਉਹਨਾਂ ਤੋਂ ਬਾਅਦ ਇੱਕ ਬਜ਼ੁਰਗ ਸੀਗੇ, ਉਹਨਾਂ ਨੇ ਵੀ ਕਿਹਾ 1971 ਤੋਂ ਸਾਡੀਆਂ ਇਹੀ ਮੰਗਾਂ, ਅਸੀਂ ਚੱਲਦੇ ਹਾਂ, ਮੀਟਿੰਗ ਅਟੈਂਡ ਕਰਦੇ ਹਾਂ, ਪਰ ਪ੍ਰਸ਼ਾਸਨ ਜਿਹੜੇ ਅਧਿਕਾਰੀ ਨੇ ਵਾਰ ਵਾਰ ਆਸ਼ਵਾਸਨ ਦਵਾਇਆ ਜਾਂਦਾ, ਲੇਕਿਨ ਜਦੋਂ ਕੰਮ ਦੀ ਵਾਰੀ ਆਉਂਦੀ ਹੈ ਤੇ ਉਹਦੇ ਵਿੱਚ ਬੈਕਵਰਡ ਸਾਨੂੰ ਮਿਲਦਾ 0। ਇਸ ਸੰਬੰਧੀ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਇਹ ਜਿਹੜੀ ਮੀਟਿੰਗ ਆ ਉਹ ਹਰ ਸਾਲ ਦੀ ਤਰ੍ਹਾਂ ਜਿਹੜੀ ਆ ਇੱਕ ਫੋਰਮੈਲਿਟੀ ਕੀਤੀ ਜਾਂਦੀ ਆ, ਔਰ ਸਾਡੇ ਜਿੰਨੇ ਵੀ ਜਥਿਆਂ ਬੰਦੇ ਦੇ ਆਗੂ ਹੁੰਦੇ ਆ ਹਰੇਕ ਬੰਦਾ ਚਾਹੁੰਦਾ ਵੀ ਮੈਂ ਆਪਣੀ ਕਿਤੇ ਨਾ ਕਿਤੇ ਮਾੜੀ ਜੀ ਹਾਜ਼ਰੀ ਲਵਾ ਲਵਾਂ, ਹੈ ਨਾ, ਵੀ ਅਫਸਰਾਂ ਮੋਹਰੇ MLA ਮੋਹਰੇ ਦਿਖਾ ਦੇਵਾਂ ਵੀ ਮੈਂ ਵੀ ਜੀ ਆਇਆ ਹਾਂ ਅਤੇ ਮੈਂ ਵੀ 2 ਸ਼ਬਦ ਬੋਲ ਦੇਵਾਂ। ਔਰ ਬਹੁਤ ਸਾਰੇ ਬੰਦੇ ਤਾਂ ਮੀਨਿੰਗ MLA ਜਾਂ ਅਧਿਕਾਰੀਆਂ ਦਾ ਜਿਹੜਾ DC ਸਾਹਿਬ ਦਾ ਚਮਚਾ ਮਾਨ ਨਹੀਂ ਆਉਂਦੇ, ਮਾੜੀ ਤਾਰੀਫ ਕਰਕੇ ਕਹਿ ਦੇਵਾਂ ਜੀ ਸਾਡਾ ਵੱਡਾ ਭਰਾ ਬੈਠਾ, ਸਾਡੇ ਸਾਹਿਬ ਬੈਠੇ ਆ ਫਲਾਨਾ, ਜਦਕਿ ਇਹ ਸਾਡੇ ਨੌਕਰ ਆ, ਠੀਕ ਹੈ ਨਾ, ਜਨਤਾ ਦੇ ਨੌਕਰ ਆ, ਸਾਨੂੰ ਇਹਨਾਂ ਦੇ ਕੋਲੋਂ ਕੰਮ ਲੈਣੇ ਚਾਹੀਦੇ। ਜਿਹੜੀ ਇਹਨਾਂ ਦੀਆਂ ਮੇਨ ਡਿਊਟੀਆਂ ਬਣਦੀਆਂ ਹੈਗੀਆਂ ਉਹ ਆਪਣੀਆਂ ਜਿਹੜੀਆਂ ਡਿਊਟੀਆਂ ਆ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾਉਣ। ਧੰਨਵਾਦ ਕਲੇਰ ਸਾਹਿਬ ਜੀ, ਬਹੁਤ ਧੰਨਵਾਦ।